ਲੱਗਦਾ ਮੈਂ ਮੈਨੂੰ ਜਿੱਥੇ ਖਬਰ ਮਿਲੀ ਵੀ ਹੋ ਗਈ ਹੁੰਦੀ ਹੈ ਗੌਰਵ ਐਕਟਰ ਨਾ ਗੌਰਵ ਪਾਸਰਾ ਨਹੀਂ ਇਹ ਸਾਡੀ ਪਾਰਕਿੰਗ ਹੈ ਸਿਟੀ ਪਾਰਕਿੰਗ ਉੱਥੇ ਐਕਸੀਡੈਂਟ ਕਰਕੇ ਭੱਜੇ ਇੰਡੀਅਨ ਆਇਲ ਦੇ ਸਾਹਮਣੇ ਪਾਰਕਿੰਗ ਉੱਥੇ ਭੱਜਾ ਆਪਾਂ ਇਹਦੇ ਪਿੱਛੇ ਰੋਕਣ ਨੂੰ ਗਏ ਭਾਜੀ ਤੁਸੀਂ ਮਾਰ ਕੇ ਭੱਜੇ ਬੰਦੇ ਦੇਖ ਹੀ ਲਓ ਸਾਨੂੰ ਵੀ ਠੇਕ ਦਿੱਤਾ ਇਹਨਾਂ ਨੇ ਬਹੁਤ ਬੁਰੀ ਤਰ੍ਹਾਂ ਵੀ ਮੋਟਰਸਾਈਕਲ ਤੋੜਤਾ ਇਹਨਾਂ ਰੱਬ ਵੱਲੋਂ ਅਸੀਂ ਡਿੱਗੇ ਨਹੀਂ ਤਾਂ ਸਾਨੂੰ ਉੱਤੇ ਚੜਾ ਦੇਣੀ ਜਾਂ ਲੱਤ ਬਾਹ ਟੁੱਟ ਜਾਣੀ ਉਹਦੇ ਬਾਅਦ ਭਾਜੀ ਡਰਿੰਕ ਵਗੈਰਾ ਕੀਤੀ ਗਈ ਸੀ ਭਾਜੀ ਸਾਨੂੰ ਪੁੱਛ ਇਹਦਾ ਡੋਪ ਟੈਸਟ ਹੋਣਾ ਚਾਹੀਦਾ ਸਾਡੇ ਹਿਸਾਬ ਨਾਲ ਸਮੈਲ ਆ ਰਹੀ ਆ ਬਹੁਤ ਜ਼ਿਆਦਾ ਡਰਿੰਕ ਕੀਤੀ ਉਹ ਤੋਂ ਪਹਿਲਾਂ ਇੱਕ ਆਟੋ ਵਾਲੇ ਨੂੰ ਠੋਕ ਕੇ ਸਾਡੇ ਨਾਲ ਹੱਥੋਂ ਬਾਈਕ ਉਹਦਾ ਸਪੈਂਟਰ ਵਾਲੇ ਠੋਕਿਆ ਸਾਨੂੰ ਠੋਕਿਆ ਆਪਾਂ ਲੰਮੇ ਪਿੰਡ ਚੌਂਕ ਤੇ ਦੇ ਪਿੱਛੇ ਸਪੈਂਟਰ ਵਾਲੇ ਦਾ ਬ੍ਰਦਰ ਇੱਥੇ ਹੀ ਆ ਤੇ ਭਾਜੀ ਚਿਕਿੱਟੀ ਦੇ ਇਹਨੇ ਕੁੜੀ ਥੱਲੇ ਇਹਨੇ ਐਕਟਿਵਾ ਠੋਕ ਕੇ ਹਿੱਟ ਕੀਤੀ ਸਾਡੀ ਅੱਖਾਂ ਸਾਹਮਣੇ ਆਇਆ ਹਿੱਟ ਕੀਤਾ ਤਾਂ ਅਸੀਂ ਇਹਦੇ ਪਿੱਛੇ ਤੱਕ ਆਏ ਕਿ ਇਹਨੂੰ ਫੜਨਾ ਚਾਹੀਦਾ ਡਿਜ਼ਾਇਰ ਅੱਜ ਕੁੜੀ 'ਚ ਟਿੱਪਰ ਸੀਗਾ ਭਾਜੀ ਘੋੜਾ ਲੋਡ ਸੀਗਾ ਉਹ ਤੋਂ ਬ੍ਰੇਕ ਨਹੀਂ ਵਿਚਾਰਾ ਟਰੱਕ ਵਾਲੇ ਦੀ ਕੋਈ ਗੱਲ ਨਹੀਂ ਕੋਈ ਗੱਲ ਟਰੱਕ ਵਾਲੇ ਨੇ ਬ੍ਰੇਕ ਮਾਰੀ ਪਰ ਰੁਕਦੇ ਰੁਕਦੇ ਕੁੜੀ ਦੇ ਉੱਤੇ ਚੜ ਗਿਆ ਤੇ ਅਸੀਂ ਰੁਕੇ ਉੱਥੋਂ ਦੀ ਇਹਦੇ ਪਿੱਛੇ ਅਸੀਂ ਕਿਹਾ ਲੋਕੀ ਇਕੱਠੇ ਹੋਣ ਦੇ ਪਹਿਲਾਂ ਇਹਨੂੰ ਫੜੀਏ चलो लड़की ਨੂੰ ਕਿਹੜੇ ਹਸਪੀਟਲ ਲੈ ਕੇ ਗਏ ਸ਼੍ਰੀ ਮਾਨ ਸ਼੍ਰੀ ਮਾਨ ਲੈ ਗਏ ਕੰਡੀਸ਼ਨ ਕ੍ਰਿਟੀਕਲ ਜਿਹੜਾ ਸਾਡਾ ਬੰਦਾ ਮੈਟਰ ਹੋ ਗਿਆ ਕੰਡੀਸ਼ਨ ਸਹੀ ਨਹੀਂ ਮੈਟਰ ਹੋ ਉਹਨਾਂ ਦੇ ਕੋਈ ਬਈ ਐਕਟਿਵਾ ਉੱਥੇ ਖੜੀ ਸੀ ਬਈ ਐਕਟਿਵਾ ਉੱਥੇ ਖੜੀ ਲੜਕੀ ਕੱਲੀ ਸੀ ਬਈ ਲੜਕੀ ਕੱਲੀ ਸੀ ਭਾਜੀ ਕਿੰਨੀ ਏਸੀ ਕੁੜੀ ਦੀ ਅੱਛਾ ਜੀ ਕਿੰਨੀ ਏਸੀ ਅੱਛਾ ਕੀ ਨਾਮ ਸੀ ਕੁੜੀ ਦਾ ਨਵਪ੍ਰੀਤ ਜਿਨ੍ਹਾਂ ਨੇ ਐਕਸੀਡੈਂਟ ਕੀਤਾ ਵਾ ਹਸਪਤਾਲ ਹੋ ਗਿਆ
ਚੌਂਕੀ ਜੰਗਲ ਸ਼ਾਮਾ ਭੇਜਦਾ ਜੀ ਥਾਣੇ ਦਾ ਏਰੀਆ ਆ ਅਸੀਂ ਉਹਨਾਂ ਦੇ ਹਵਾਲੇ ਕਰਦੇ ਡਰਾਈਵਰ ਦਾ ਕੁਛ ਨਾਮ ਪਤਾ ਲੱਗਾ ਸਰ ਅਸੀਂ ਹੁਣ ਕਰਦੇ ਹਾਂ ਗੱਡੀ ਨੰਬਰ ਲਿਖਿਆ ਆ ਡਰਾਈਵਰ ਦਾ ਨਾਮ ਹੀ ਲਿਖਿਆ ਉਹ ਮੇਰੇ ਨਾਲ ਦੇ ਗੱਡੀ ਦੇ ਉੱਤੇ ਆਰਮੀ ਦਾ ਸਟicker ਲੱਗਾ ਆ ਕੀ ਆਰਮੀ ਮੈਨ ਦੀ ਗੱਡੀ ਆ ਹਾਂਜੀ ਬਰੇਜ਼ਾ ਗੱਡੀ ਆ ਜੀ ਗੱਡੀ ਦੇ ਉੱਤੇ ਆਰਮੀ ਦਾ ਸਟicker ਲੱਗਾ ਕੀ ਉਹ ਆਰਮੀ ਦੇ ਵਿੱਚ ਆ ਉਹ ਸਰ ਆਪਾਂ ਪਤਾ ਕਰਦੇ ਆ ਗੱਡੀ ਦੇ ਕੀ ਲੇਡੀ ਸੀ ਇੱਕ ਨਾਲ ਹੀ ਲੇਡੀ ਸੀ ਇੱਕ ਹਾਂਜੀ ਡਰਾਈਵਰ ਦੇ ਨਾਲ ਨਾਲ ਹੀ ਆਇਆ ਜੀ ਲੇਡੀ ਨੂੰ ਵੀ ਨਾਲ ਹੀ ਭੇਜਦਾ ਉਹ ਕੀ ਭੇਜਦੇ ਆ ਸਰ ਇਹ ਤੋਂ ਨਾ ਆਇਆ ਕਿਸੇ ਦਾ ਕਹਿਣਾ ਆ ਕਿ ਮੈਂ ਪੰਜਾਬ ਕੋਲ ਭੇਜਿਆ ਨਹੀਂ ਆਰਮੀ ਦਾ ਨਹੀਂ ਨਹੀਂ ਆਰਮੀ ਦਾ ਬੰਦਾ ਆ रोकिया टक्कर ਅਸੀਂ ਪਿੱਛੋਂ ਆ ਕੇ ਦੇਖਿਆ ਇੰਨਾ ਰਸ਼ ਤੋਂ ਪਿਆ ਪਿੱਛੋਂ ਆਇਆ ਉਹ ਲੜਕੀ ਨੂੰ ਲੈ ਕੇ ਵਿੱਚ ਦੇਖਿਆ ਉੱਥੇ ਲੜਕੀ ਲੰਮੇ ਪਈ ਸੀ ਇੱਥੇ ਵੀ ਭਾਈ ਤੁਹਾਡਾ ਨਾਮ ਉਹ ਬੰਦਾ ਜਿਸਨੇ ਗੱਡੀ ਨੇ ਮਾਰਿਆ ਉਸਨੂੰ ਰੋਕ ਪਿਆ ਸੀ ਭਾਈ ਤੁਹਾਡਾ ਨਾਮ ਨਹੀਂ ਹੈਗਾ ਤੁਹਾਡਾ ਨਾਮ ਭਾਜੀ ਅਰਜਨ ਭਾਜੀ ਬੋਲੋ ਭਾਈ ਜੀ ਗੱਡੀ ਦੀ ਉਹ ਪਿੱਛਾ ਕਰ ਰਹੇ ਉਸ ਭਾਈ ਨੂੰ ਰੋਕਿਆ ਸੀ ਰੁਕਿਆ ਨਹੀਂ ਇੱਥੋਂ ਆ ਕੇ ਫੜਿਆ ਗਿਆ ਭਾਈ ਇੱਕ ਗੱਡੀ ਹੋਰ ਸੀ ਉਹ ਤਾਂ ਨਹੀਂ ਠੀਕ ਹੈ ਬੰਦਾ ਫੋਨ ਕਰਿਆ ਪਰ ਇਹਨੂੰ ਕਿਤੇ ਪਤਾ ਨਹੀਂ ਮੇਰਾ ਨਾ ਏ ਸੀ ਪਰਮਜੀਤ ਕੁਮਾਰ ਜੀ ਥਾਣਾ ਸੂਰਿਆ ਕਲੇਵ ਰਾਮ ਮੰਡੀ ਆਪਣੀ ਇਨਫੋਰਮੇਸ਼ਨ ਮਿਲੀ ਕਿ ਪੀ ਏ ਵੀ ਦੇ ਉਰੇ ਪੁਲ ਕੋਲ ਚਗਿੱਟੀ ਚੌਂਕ ਦੇ ਕੋਲ ਐਕਸੀਡੈਂਟ ਹੋਇਆ ਆ ਅਤੇ ਇੱਕ ਲੜਕੀ ਉਹਦੀ ਡੈਥ ਹੋ ਚੁੱਕੀ ਆ ਅਤੇ ਅਸੀਂ ਜਿਹੜੀ ਆ ਸ੍ਰੀਮਾਨ ਹੋਸਪਿਟਲ ਪੁੱਜ ਗਏ ਹਾਂ ਉਹਦੀ ਬੋਡੀ ਕੁੜੀ ਜਿਹੜੀ ਕੁੜੀ ਦਾ ਨਾਂ ਆ ਨਵਪ੍ਰੀਤ ਕੌਰ ਆ ਇਹ ਜੇਠਪੁਰ ਨੇੜੇ ਈਸਰਵਾਲ ਕੋਲ ਉੱਥੇ ਰਹਿਣ ਵਾਲੀ ਆ ਅਤੇ ਉਹਦੀ ਬੋਡੀ ਹਾਸਲ ਕਰ ਰਹੇ ਹਾਂ ਇਸ ਟਾਈਮ ਸਰ ਕਿਹੜੀ ਗੱਡੀ ਨਾਲ ਹਿੱਟ ਹੋਇਆ ਜੀ ਹਜੇ ਗੱਡੀ ਦਾ ਸਾਨੂੰ ਇੰਨਾ ਪਤਾ ਬਰੀਜਾ ਆ ਅਤੇ ਬਾਕੀ ਇਹ ਜਾਂਚ ਆ ਰਹੀ ਆ ਠੀਕ ਨਾ ਜੀ ਜਾਂਚ ਦੱਸਿਆ ਜਾ ਰਿਹਾ ਕਿ ਜਿਹੜਾ ਬਰੀਜਾ ਚਾਲਕ ਹੈਗਾ ਉਹ ਵੀ ਮੁਲਾਜ਼ਮ ਹੈਗਾ ਨਹੀਂ ਸਾਰੇ ਕੋਈ ਜਾਣਕਾਰੀ ਨਹੀਂ ਕੋਈ ਪਤਾ ਨਹੀਂ ਨਹੀਂ ਫਿਲਹਾਲ ਸਾਡੇ ਕੋਲ ਨਹੀਂ ਫੜ ਹੋਇਆ ਕੋਈ ਜੀ ਅਤੇ ਕੀ ਕਾਰਵਾਈ ਕਰ ਰਹੇ ਜੀ ਹੁਣ ਬਿਆਨ ਲੈ ਕੇ ਪਰਚਾ ਦੇਵਾਂਗੇ ਉਸ ਸਮੇਂ ਜਿਹੜਾ ਪੋਸਟਮਾਰਟਮ ਪੂਰਾ ਕੁੜੀ ਦਾ ਜੀ ਜਿਹੜੀ ਮ੍ਰਿਤਕ ਆ ਉਸ ਤੋਂ ਬਾਅਦ ਜੋ ਵੀ ਕਾਰਵਾਈ ਕਾਨੂੰਨ ਮੁਤਾਬਕ ਕਰਾਂਗੇ ਜੀ ਕਿੱਥੋਂ ਜਾ ਰਹੀ ਸੀਗਾ ਇਹ ਸ੍ਰੀਮਾ ਹਸਪਤਾਲ ਵਿੱਚ ਨਰਸ ਆ ਜੀ ਇੱਥੋਂ ਹੀ ਗਈ ਸੀ ਡਿਊਟੀ ਕਰਕੇ ਔਫ ਕਰਕੇ ਹਾਂਜੀ ਖੁਦਾ ਦੇ ਘਰ ਦੇਰ ਹੈ ਪਰ ਹਨੇਰ ਨਹੀਂ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਿਰ ਮੀਆਂ ਫਰੀਦ ਅਲੀ ਸੰਪਰਕ ਕਰੋ 9859-31603 100% ਗਰੰਟੀ ਨਾਲ ਹਰ ਪਰੇਸ਼ਾਨੀ ਦਾ ਹੱਲ ਪਾਓ ਪਤੀ ਪਤਨੀ ਵਿੱਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਖੋਇਆ ਪਿਆਰ ਵਾਪਸ ਪਾਉਣਾ ਤਲਾਕ ਕੇਸ ਵਿਦੇਸ਼ ਵਿੱਚ ਪੱਕਾ ਹੋਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਕਸ ਪਿਆਰ ਵਿੱਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ